4 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੋਂ ਲੈ ਕੇ ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰੇ ਦੇ ਗੋਲੀਕਾਂਡ ਵਿੱਚ, ਔਰ 2 ਸਿੱਖ ਨੌਜਵਾਨਾਂ ਦੇ ਦਾ ਕਤਲ ਹੋਇਆ ਵਾ। 4 ਸਾਲ ਲਗਾਤਾਰ ਬੇਸ਼ਰਮੀ ਦਿਖਾਉਂਦੇ ਹੋਏ ਦੋਨਾਂ ਸਰਕਾਰਾਂ ਨੇ ਇਸ ਮਸਲੇ 'ਤੇ ਅੱਜ ਤੱਕ ਕੋਈ ਇਨਸਾਫ ਨਹੀਂ ਦਿੱਤਾ। ਗੁਰੂ ਦਾ ਸਤਿਕਾਰ ਤਾਂ ਮਾਣ ਹੈ ਨਹੀਂ ਗਾ, ਉਸਦੇ ਪੱਤਰੇ ਫਾੜ ਕੇ ਨਾਲੀਆਂ 'ਚ ਸੁੱਟੇ ਜਾ ਸਕਦੇ, ਅਤੇ ਉੱਥੋਂ ਇੱਦਾਂ ਦੀਆਂ ਆ ਜਿਹੜੀਆਂ ਛੋਟੀਆਂ ਛੋਟੀਆਂ ਕਲੇਮਸ ਕਰਦੀਆਂ ਰੂਟੀਨ ਪੋਲੀਟੀਕਲ ਪਾਰਟੀਜ਼, ਇਹਨਾਂ ਦੇ ਪੱਲੇ ਕੀ ਆ? ਕਲੀਨ ਚਿੱਟ ਦੇਣਾ ਇਹੀ ਦਰਸਾਉਂਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਜਿਹੜਾ ਬਾਦਲ ਦਾ ਪਰਿਵਾਰ ਹੈ ਉਹ ਮਿਲੀ ਭੁਗਤ ਦੇ ਨਾਲ ਰਾਜਨੀਤੀ ਕਰ ਰਹੇ। ਪੰਜਾਬ ਵਿੱਚ ਬਰਗਾੜੀ ਬੇਅਦਬੀ ਮਾਮਲਾ ਇੱਕ ਵਾਰ ਫਿਰ ਤੋਂ ਜ਼ੋਰ ਫੜਨ ਲੱਗਿਆ। ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਨੂੰ ਕਥਿਤ ਤੌਰ 'ਤੇ ਕਲੀਨ ਚਿੱਟ ਦੇਣ ਵਾਲੇ ਬਿਆਨ 'ਤੇ ਵਿਰੋਧਤਾ ਕਰਨ ਤੋਂ ਬਾਅਦ ਪੰਜਾਬ ਏਕਤਾ ਪਾਰਟੀ ਦੇ ਐਡਹੋਕ ਪ੍ਰਧਾਨ ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਤੋਂ ਬਰਗਾੜੀ ਮਸਲੇ ਦੇ ਤਾਰ ਛੇੜੇ ਨੇ। ਸੁਖਪਾਲ ਖਹਿਰਾ ਵੱਲੋਂ ਬਰਗਾੜੀ ਮਸਲੇ ਨੂੰ ਲੈ ਕੇ ਅੱਜ ਇੱਕ ਅਹਿਮ ਬੈਠਕ ਕੀਤੀ ਗਈ, ਜਿਸ ਵਿੱਚ ਕਾਂਗਰਸ ਸਰਕਾਰ ਸਣੇ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੂੰ ਵੀ ਲਪੇਟੇ 'ਚ ਲਿਆ ਗਿਆ। ਖਹਿਰਾ ਮੁਤਾਬਕ ਬਰਗਾੜੀ ਮਾਮਲੇ 'ਚ 4 ਸਾਲ ਬੇਸ਼ਰਮੀ ਦਿਖਾਉਂਦੇ ਹੋਏ ਤਤਕਾਲੀ ਅਕਾਲੀ ਅਤੇ ਕਾਂਗਰਸੀ ਸਰਕਾਰ ਵੱਲੋਂ ਅੱਜ ਤੱਕ ਕੁਝ ਵੀ ਨਹੀਂ ਕੀਤਾ ਗਿਆ। ਖਹਿਰਾ ਨੇ ਅਪੀਲ ਕੀਤੀ ਕਿ 7 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਪੰਜਾਬ ਵਿੱਚ ਕਾਲਾ ਹਫ਼ਤਾ ਮਨਾਇਆ ਜਾਵੇ ਅਤੇ 14 ਅਕਤੂਬਰ ਨੂੰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਲੇ ਦਿਹਾੜੇ ਵਜੋਂ ਮਨਾਉਣ ਦੀ ਅਪੀਲ ਕੀਤੀ। ਅੱਜ ਸਾਡੀ ਫਰੀਦਕੋਟ ਵਿਖੇ ਬਰਗਾੜੀ ਦੇ ਮਸਲੇ ਨੂੰ ਲੈ ਕੇ ਬਹੁਤ ਅਹਿਮ ਬੈਠਕ ਹੋਈ ਆ, ਔਰ ਇਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਨੇ, ਵੱਖ ਵੱਖ ਪੋਲੀਟੀਕਲ ਪਾਰਟੀਜ਼ ਦੇ ਆਗੂਆਂ ਨੇ ਸ਼ਿਰਕਤ ਕੀਤੀ ਆ। ਪੀੜਤ ਪਰਿਵਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦਾ ਸਪੁੱਤਰ ਸੁਖਰਾਜ ਸਿੰਘ, ਉਹਨਾਂ ਦੇ ਪਰਿਵਾਰ ਔਰ ਸਾਰਿਆਂ ਨੇ ਜੋ ਇੱਥੇ ਵਿਚਾਰ ਵਟਾਂਦਰਾ ਕੀਤਾ, ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਵਾ ਕਿ 14 ਅਕਤੂਬਰ ਇੱਕ ਕਾਲੇ ਦਿਹਾੜੇ ਵਜੋਂ ਮਨਾਇਆ ਜਾਵੇਗਾ ਪੰਜਾਬ ਦੇ ਵਿੱਚ। ਔਰ ਜਿਸ ਤਰ੍ਹਾਂ ਹਰ ਸਾਲ 4 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੋਂ ਲੈ ਕੇ ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰੇ ਦੇ ਗੋਲੀਕਾਂਡ ਵਿੱਚ, ਔਰ 2 ਸਿੱਖ ਨੌਜਵਾਨਾਂ ਦੇ ਦਾ ਕਤਲ ਹੋਇਆ ਵਾ, 4 ਸਾਲ ਲਗਾਤਾਰ ਬੇਸ਼ਰਮੀ ਦਿਖਾਉਂਦੇ ਹੋਏ ਦੋਨਾਂ ਸਰਕਾਰਾਂ ਨੇ ਇਸ ਮਸਲੇ 'ਤੇ ਅੱਜ ਤੱਕ ਕੋਈ ਇਨਸਾਫ ਨਹੀਂ ਦਿੱਤਾ, ਉਲਟਾ ਝੇਡਾਂ ਕਰਦੇ ਨੇ। ਔਰ ਜਿੰਨੇ ਵੀ ਛੋਟੇ ਮੋਟੇ ਪੁਲਿਸ ਵਾਲਿਆਂ ਦੇ ਚਲਾਨ ਕੀਤੇ ਉਹ ਸਾਰੇ ਗਾਏ ਬਗਾਏ ਉਹਨਾਂ ਨੇ ਥੱਲੜੀਆਂ ਅਦਾਲਤਾਂ ਜਾਂ ਹਾਈ ਕੋਰਟਾਂ ਵਿੱਚ ਜਾ ਕੇ ਐਂਟੀਸਪੇਟਰੀ ਬੇਲਸ ਲੈ ਲਈਆਂ, ਰੈਗੂਲਰ ਬੇਲਸ ਲੈ ਲਈਆਂ, ਅਤੇ ਅੰਗੂਠਾ ਦਿਖਾਇਆ ਸਰਕਾਰਾਂ ਨੂੰ ਇਹਨਾਂ ਦੋਸ਼ੀਆਂ ਨੇ। ਔਰ ਇਸ ਮੀਟਿੰਗ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਕਿ 2 ਵੱਡੇ ਮਤੇ ਪਾਸ ਕੀਤੇ ਗਏ ਨੇ। ਇੱਕ ਤਾਂ ਇਹ ਆ ਕਿ 14 ਅਕਤੂਬਰ 2019 ਨੂੰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ 'ਤੇ ਸੁਖਰਾਜ ਸਿੰਘ ਅਤੇ ਪੀੜਤ ਪਰਿਵਾਰ ਅਤੇ ਅੱਛੀਆਂ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਬਰਗਾੜੀ ਦੇ ਸਟੇਡੀਅਮ ਦੇ ਵਿੱਚ ਮੇਨ ਰੋਡ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਬਰਸੀ ਮਨਾਈ ਜਾਵੇਗੀ। ਠੀਕ ਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਰਗਾੜੀ ਦੇ ਮੰਡੀ ਨੂੰ ਤਾਰ ਲਾ ਕੇ ਦਫਾ 144 ਲਾ ਕੇ ਲੋਕਾਂ ਦੇ ਹਦੂਦ ਤੋਂ ਬਾਹਰ ਕਰ ਦਿੱਤਾ। ਉਤਾਰ ਤਾਂ ਲਾ ਸਕਦੇ ਨੇ, ਲੇਕਿਨ ਕੀ ਲੋਕਾਂ ਦੇ ਦਿਲਾਂ ਦੇ ਉੱਤੇ ਤਾਰ ਲਾ ਸਕ? ਜਦ ਸਾਡੇ ਸਿਰ 'ਤੇ ਪੱਗ ਹੀ ਹੈ ਨਹੀਂ ਗੀ, ਜਦ ਸਾਡਾ ਕੋਈ ਇੱਥੇ ਗੁਰੂ ਦਾ ਸਤਿਕਾਰ ਅਤੇ ਮਾਣ ਹੈ ਨਹੀਂ ਗਾ, ਉਸਦੇ ਪੱਤਰੇ ਫਾੜ ਕੇ ਨਾਲੀਆਂ 'ਚ ਸੁੱਟੇ ਜਾ ਸਕਦੇ, ਅਤੇ ਉੱਥੋਂ ਇੱਦਾਂ ਦੀਆਂ ਆ ਜਿਹੜੀਆਂ ਛੋਟੀਆਂ ਛੋਟੀਆਂ ਕਲੇਮਸ ਕਰਦੀਆਂ ਰੂਟੀਨ ਪੋਲੀਟੀਕਲ ਪਾਰਟੀਜ਼, ਇਹਨਾਂ ਦੇ ਪੱਲੇ ਕੀ ਆ? ਮੈਂ ਸਾਰੀਆਂ ਪਾਰਟੀਆਂ ਜਿਹੜਾ ਜ਼ਿਕਰ ਕਰ ਰਹੇ, ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਆਈਆਂ ਨੇ, ਬਹੁਤ
ਹਰਜਿੰਦਰ ਭਾਈ ਹਰਜਿੰਦਰ ਸਿੰਘ ਮਾਝੀ ਜਿਹੜੇ ਕਿ ਲਾਨਤ ਪੱਤਰ ਪੜ੍ਹਦੇ ਨੇ ਕੋਟਕਪੂਰੇ ਦੇ ਚੌਂਕ ਵਿੱਚ, ਉਹ ਵੀ ਕੀਤਾ ਜਾਊਗਾ ਉੱਦਣ ਨੂੰ ਸਵੇਰੇ ਤੜਕੇ 5 ਵਜੇ। ਔਰ ਉਸ ਤੋਂ ਇਲਾਵਾ ਜਿਹੜੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਆਈ ਆ, ਨਾਮ ਮੈਂ ਸਭ ਨੂੰ ਈਮੇਲ ਦੇ ਉੱਤੇ ਤੁਹਾਨੂੰ ਅਸੀਂ ਭੇਜਾਂਗੇ ਜਿਹੜੇ ਪਾਰਟੀਸੀਪੈਂਟ ਸੀਗੇ। ਮੈਂ ਉਸ ਦਾ ਕਈਆਂ ਦਾ ਨਾਮ ਭੁੱਲ ਸਕਾਂ, ਮੈਂ ਇਨਸਾਨ ਹੀ ਹਾਂ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਅਸੀਂ ਪ੍ਰੋਗਰਾਮ। ਦੂਜਾ, ਜਿੱਦਾਂ ਆਪਾਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਸੀਗੀ, ਚਿੱਟੇ ਦੇ ਖਿਲਾਫ ਕਾਲਾ ਹਫ਼ਤਾ, ਆਓ ਤਕੜੇ ਹੋ ਕੇ ਪੰਜਾਬੀ ਮਾਂ ਬੋਲੀ। ਲੱਖਾ ਸਿਡਾਣਾ ਜੀ ਅਤੇ ਬਾਬਾ ਹਰਦੀਪ ਸਿੰਘ ਜੀ, ਉਹ ਵੀ ਅੱਜ ਉਹਨਾਂ ਨੇ ਸ਼ਿਰਕਤ ਕੀਤੀ ਆ। ਮੈਂ ਕਹਿ ਰਿਹਾ ਸੀਗਾ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਕਿੱਡੀ ਵੱਡੀ ਸੋਸ਼ਲ ਮੀਡੀਆ 'ਤੇ ਮੂਵਮੈਂਟ ਬਣੀ ਸੀਗੀ। ਐਨ ਉਸ ਤਰ੍ਹਾਂ ਨਾਲ 7 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਕਾਲਾ ਹਫ਼ਤਾ ਵੀ ਮਨਾਇਆ ਜਾਵੇਗਾ ਬਰਗਾੜੀ ਦੇ ਰੋਸ ਵਿੱਚ। ਜਿਹੜੇ ਸਾਡੇ ਸਤਿਕਾਰਯੋਗ ਵੀਰ ਭੈਣ ਨਿਊਜ਼ੀਲੈਂਡ ਬੈਠੇ ਨੇ, ਆਸਟ੍ਰੇਲੀਆ ਨੇ, ਮਿਡਲ ਈਸਟ ਵਿੱਚ ਨੇ, ਯੂਰਪ 'ਚ ਨੇ, ਕੈਨੇਡਾ, ਨੌਰਥ ਅਮੈਰੀਕਾ ਵਿੱਚ ਨੇ, ਸਭ ਨੂੰ ਮੇਰੀ ਇਹ ਬੇਨਤੀ ਆ ਕਿ ਆਪਣੇ ਆਪਣੇ ਆਈਡੀਜ਼, ਆਪਣੇ ਆਪਣੇ ਡਿਸਪਲੇ ਪਿਕਚਰਸ, ਆਪਣੇ ਇੰਸਟਾਗ੍ਰਾਮ, ਆਪਣੇ ਜੋ ਵੀ ਵਟਸਐਪ ਗਰੁੱਪਸ, ਸਾਰਿਆਂ ਦੇ ਉੱਤੇ ਇੱਕ ਪ੍ਰੋਟੈਸਟ ਕਾਲੇ ਰੰਗ ਦਾ ਅਸੀਂ ਜਿਹੜਾ ਕੋਈ ਫਲੋਟ ਕਰ ਦਿਆਂਗੇ। ਜਾਂ ਤੁਸੀਂ ਬਹੁਤ ਹੋਣ ਸਾਰੇ ਬੜੇ ਸਮਝਦਾਰ ਸੂਝਵਾਨ ਲੋਕ ਹੈ, ਕੋਈ ਵੀ ਪ੍ਰੋਟੈਸਟ ਦਾ ਕਾਲੇ ਰੰਗ ਦਾ ਇੱਕ ਇਨਸਿਗਨੀਆ ਬਣਾ ਕੇ 7 ਤੋਂ ਲੈ ਕੇ 14 ਤੱਕ ਜ਼ਰੂਰ ਆਪਾਂ ਉਸ ਨੂੰ ਸ਼ੇਅਰ ਕਰਨਾ। ਔਰ ਨਾਲ ਨਾਲ ਮੈਂ ਕਹਿਣਾ ਚਾਹੁੰਦਾ, ਹੋ ਸਕਦਾ ਸਾਰੇ ਇੱਥੇ ਨਹੀਂ ਪਹੁੰਚ ਸਕਦੇ, ਕੁਛ ਲੋਕ ਗਰੀਬ ਨੇ, ਉਹਨਾਂ ਕੋਲ ਸਾਧਨ ਨਹੀਂ ਗੇ, ਉਹਨਾਂ ਦੇ ਅੰਦਰ ਜਜ਼ਬਾਤ ਨੇ, ਉਹਨਾਂ ਕੋਲ ਗੱਡੀ ਮੋਟਰ ਪੈਟਰੋਲ ਵਗੈਰਾ ਨਹੀਂ ਗਾ। ਉਹਨਾਂ ਨੂੰ ਮੇਰੀ ਬੇਨਤੀ ਆ ਕਿ 7 ਤੋਂ ਲੈ ਕੇ 14 ਅਕਤੂਬਰ ਤੱਕ ਸਾਰੇ ਸਮੂਹ ਪੰਜਾਬ, ਜਿਹੜੇ ਲੋਕ ਇਨਸਾਫ਼ ਪਸੰਦ ਨੇ, ਜਿਹੜੇ ਲੋਕ ਇਨਸਾਫ਼ ਨੂੰ ਟਿੱਚਰ ਕਰਦੇ ਨੇ ਉਹਨਾਂ ਨੂੰ ਨਹੀਂ, ਜਿਹੜੇ ਲੋਕ ਇਨਸਾਫ਼ ਪਸੰਦ ਨੇ, ਆਪਣੇ ਆਪਣੇ ਘਰਾਂ ਦੇ ਬਾਹਰ ਝੰਡੇ ਟੰਗੋ, ਆਪਣੇ ਵਹੀਕਲਸ ਦੇ ਉੱਤੇ ਕਾਲੇ ਝੰਡੇ ਲੈ ਕੇ ਸਾਰੇ ਪੰਜਾਬ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਠੀਕ ਆ, ਅਸੀਂ ਵਾਇਲੈਂਸ ਵਿੱਚ ਬਿਲੀਵ ਨਹੀਂ ਕਰਦੇ, ਅਸੀਂ ਕੋਈ ਕਾਨੂੰਨ ਤੋੜਨ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ, ਪਰ ਸਾਡੇ ਜਜ਼ਬਾਤ ਬਹੁਤ ਬੁਰੀ ਤਰ੍ਹਾਂ ਨਾਲ ਅੰਦਰੋਂ ਉਹਨਾਂ ਨੂੰ ਸੱਟ ਲੱਗੀ ਹੋਈ ਆ। ਉਹਨਾਂ ਜਜ਼ਬਾਤਾਂ ਦਾ ਮੁਜ਼ਾਹਰਾ ਕਰਨ ਵਾਸਤੇ ਪੀਸਫੁੱਲ ਤਰੀਕੇ ਦੇ ਨਾਲ ਆਪਾਂ ਸਭ ਨੇ 7 ਤੋਂ ਲੈ ਕੇ 14 ਅਕਤੂਬਰ ਤੱਕ ਕਾਲਾ ਹਫ਼ਤਾ ਮਨਾਉਣਾ ਵਾ। ਔਰ 14 ਅਕਤੂਬਰ ਨੂੰ ਜਿੰਨੇ ਵੀ ਪਹੁੰਚ ਸਕਦੇ ਨੇ ਬਰਗਾੜੀ ਦੇ ਸਟੇਡੀਅਮ ਵਿੱਚ ਪਹੁੰਚਣਾ, ਇੱਕ ਇੱਕ ਦਾ ਚੱਲਿਆ ਹੋਇਆ ਕਦਮ ਸਮੂਹ ਜਿਹੜੇ ਹੈਗੇ ਆ ਬਰਗਾੜੀ ਦੇ ਇਨਸਾਫ਼ ਪਸੰਦ ਲੋਕ, ਉਹਨਾਂ ਦੇ ਸਿਰ ਮੱਥੇ 'ਤੇ ਹੋਵੇਗਾ। ਔਰ ਮਾਲਵੇ ਦੀ ਧਰਤੀ 'ਤੇ ਬੈਠੇ, ਵਿਸ਼ੇਸ਼ ਤੌਰ 'ਤੇ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਬਠਿੰਡਾ, ਮਾਨਸਾ, ਤੁਸੀਂ ਬਹੁਤ ਬਹਾਦਰ ਲੋਕ ਹੋ, ਤੁਸੀਂ ਪਹਿਲਾਂ ਵੀ ਰਿਕਾਰਡ ਤੋੜ ਦਿੱਤੇ ਸਾਰੀਆਂ ਗੱਲਾਂ ਦੇ, ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਕਿ ਆਓ, ਤੁਹਾਨੂੰ ਸਭ ਨੂੰ ਸਾਡੀ ਅਪੀਲ ਹੈ ਕਿ ਆਓ ਤਕੜੇ ਹੋ ਕੇ ਅਤੇ 14 ਅਕਤੂਬਰ ਨੂੰ ਬਰਗਾੜੀ ਵਿਖੇ ਠੀਕ ਸਵੇਰੇ 11 ਵਜੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਅੱਗੇ ਕਾਮਯਾਬ। ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਵੱਲੋਂ ਬਾਦਲਾਂ ਨੂੰ ਕਥਿਤ ਕਲੀਨ ਚਿੱਟ ਦੇਣ ਦੇ ਮਾਮਲੇ 'ਤੇ ਵੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਖਹਿਰਾ ਨੇ ਫਿਰ ਦੁਹਰਾਇਆ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਚੱਲੀਆਂ ਗੋਲੀਆਂ ਬਾਦਲਾਂ ਦੇ ਹੁਕਮ 'ਤੇ ਚਲਾਈਆਂ ਗਈਆਂ ਸਨ। ਖਹਿਰਾ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਲੀ ਭੁਗਤ ਨਾਲ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਨੇ। ਬਹੁਤ ਦੁੱਖ ਦੀ ਗੱਲ ਸੀਗੀ ਜੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਇੱਕ ਜ਼ਿੰਮੇਵਾਰ ਅਹੁਦੇ 'ਤੇ ਵਿਰਾਜਮਾਨ ਹੋ ਕੇ ਬਾਦਲ ਨੂੰ ਕਲੀਨ ਚਿੱਟ ਦਿੰਦੇ ਨੇ, ਭਾਵਾਂ ਕਿ ਉਹ ਬਾਅਦ ਵਿੱਚ ਮੁੱਕਰ ਗਏ ਸੀਗੇ, ਪਰ ਉਹਨਾਂ ਦੇ ਦਿਲ 'ਚੋਂ ਅੰਦਰੋਂ ਸੱਚਾਈ ਬਿਆਨ ਹੋ ਗਈ ਸੀਗੀ। ਔਰ ਮੇਰਾ ਸਾਡਾ ਇਹ ਮੰਨਣਾ ਕਿ ਅਗਰ ਬਾਦਲ ਦੀ ਸਰਕਾਰ ਠੋਸ ਤਰੀਕੇ ਦੇ ਨਾਲ ਬੇਅਦਬੀਆਂ ਦੇ ਮਾਮਲੇ ਨੂੰ ਉਦੋਂ ਹੀ, ਔਰ ਪੋਸ਼ਾਕ ਦਾ ਮਾਮਲਾ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀਆਂ ਨੇ ਕੀਤਾ, ਉਦਣ ਹੀ ਨਿੱਘੇ ਸਜ਼ਾ ਦੇ ਦਿੰਦੇ, ਇਹ ਗੱਲਾਂ ਸਾਰੀਆਂ ਬਾਅਦ 'ਚ ਹੋਣੀਆਂ ਨਹੀਂ ਸੀਗੀਆਂ।
ਔਰ ਜਿਹੜੀ 2012 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਬਾਦਲ ਅਕਾਲੀ ਦਲ ਨੇ ਜਿਹੜਾ ਕੇਸ ਢਹਿ ਢੇਰੀ ਕੀਤਾ, ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਬਠਿੰਡਾ ਸੈਸ਼ਨ ਕੋਰਟ ਵਿੱਚ, ਜਿਹੜਾ ਉਹ ਮਰਿਆਦਾ ਭੰਗ ਹੋਣ ਦਾ ਢੋਂਗ ਰਚਿਆ ਸੀਗਾ ਜਿਹੜਾ ਇਸ ਨੇ ਡੇਰਾ ਸੱਚਾ ਸੌਦੇ ਦੇ ਮੁਖੀ ਨੇ, ਉਹ ਤੋਂ ਬਾਅਦ ਬੇਅਦਬੀ ਹੋਣੀ ਨਹੀਂ ਸੀਗੀ ਜਦ ਉੱਥੇ ਰਿਲੈਕਸੇਸ਼ਨ ਹੋਈ। ਇਸ ਲਈ ਸਾਡਾ ਇਹ ਮੰਨਣਾ ਕਿ ਬਾਦਲ ਦੇ ਪਰਿਵਾਰ ਦਾ ਬੇਅਦਬੀਆਂ 'ਚ ਨਹੀਂ, ਇਕੱਲਿਆਂ 'ਚ ਇਹਨਾਂ ਦਾ ਗੋਲੀ ਵਿੱਚ ਵੀ ਹੱਥ ਹੈਗਾ। ਕਿਉਂ? ਕਿਉਂਕਿ ਚੀਫ ਮਿਨਿਸਟਰ 14 ਅਕਤੂਬਰ 2015 ਜਿਸ ਦਿਨ ਕੋਟਕਪੂਰੇ ਗੋਲੀ ਚੱਲਦੀ ਆ ਅਤੇ ਬਹਿਬਲ ਚੱਲਦੀ ਆ, ਤੜਕੇ 2 ਵਜੇ DGP ਨੂੰ ਕਾਲ ਕਰਦਾ। ਇਹ ਐਫੀਡੇਵਿਟ ਸੁਮੇਧ ਸਿੰਘ ਸੈਣੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦਾਇਰ ਆ। ਕੌਣ 2 ਵਜੇ ਟੈਲੀਫੋਨ ਕਰਦਾ ਵਾ? ਸੋ ਇਹ ਡੈਫੀਨੇਟਲੀ ਇਹਨਾਂ ਦੀ ਹੁਕਮ ਨਾਲ, ਚੀਫ ਮਿਨਿਸਟਰ ਔਰ ਹੋਮ ਮਿਨਿਸਟਰ ਦੀ ਮਰਜ਼ੀ ਦੇ ਨਾਲ ਬਹਿਬਲ ਅਤੇ ਕੋਟਕਪੂਰਾ ਵਿੱਚ ਗੋਲੀ ਚੱਲੀ। ਇਸ ਲਈ ਇਹਨਾਂ ਨੂੰ ਕਲੀਨ ਚਿੱਟ ਦੇਣਾ ਇਹੀ ਦਰਸਾਉਂਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਜਿਹੜਾ ਬਾਦਲ ਦਾ ਪਰਿਵਾਰ ਹੈ ਉਹ ਮਿਲੀ ਭੁਗਤ ਦੇ ਨਾਲ ਰਾਜਨੀਤੀ ਕਰ ਰਿਹਾ। ਇਸ ਦੌਰਾਨ ਖਹਿਰਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤੇ ਜਾਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਖਹਿਰਾ ਮੁਤਾਬਕ ਕਾਂਗਰਸ ਰਾਜੋਆਣਾ ਦੀ ਸਜ਼ਾ ਤਬਦੀਲੀ ਦੀ ਮੁਖਾਲਫਤ ਕਰਕੇ ਆਪਣੀ ਨੀਅਤ ਨੂੰ ਜਗ ਜ਼ਾਹਿਰ ਕਰ ਰਹੀ ਹੈ। ਇਸ ਦੇ ਨਾਲ ਹੀ ਖਹਿਰਾ ਨੇ ਹਰਿਆਣਾ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਟੁੱਟੇ ਗਠਜੋੜ ਤੇ ਬੋਲਦਿਆਂ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਦੇ ਅਸਲੀ ਚਿਹਰੇ ਦੀ ਪਹਿਚਾਣ ਹੋ ਚੁੱਕੀ ਹੈ, ਜਿਸ ਕਾਰਨ ਹੁਣ ਭਾਜਪਾ ਇਕੱਲੇ ਚੋਣ ਮੈਦਾਨ ਵਿੱਚ ਉਤਰਨ ਦੀ ਸੋਚ ਰਹੀ ਹੈ। ਮੈਂ ਸਮਝਦਾ ਕਿ ਬਿਲਕੁਲ ਸਵਾਗਤ ਵਾਲਾ ਕਦਮ ਹੈਗਾ। ਜਿਹੜੀ ਗੱਲ ਕੋਈ ਸਰਕਾਰ ਅੱਛੀ ਕਰਦੀ ਆ, BJP ਨੇ ਜਿਹੜਾ ਇਹ ਰਿਹਾਈਆਂ ਕੀਤੀਆਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਕੈਪੀਟਲ ਪਨਿਸ਼ਮੈਂਟ ਨੂੰ ਲਾਈਫ ਇੰਪ੍ਰਿਜ਼ਨਮੈਂਟ 'ਚ ਕਨਵਰਟ ਕੀਤਾ, ਇਹ ਸਵਾਗਤਯੋਗ ਕਦਮ ਹੈ। ਔਰ ਜਿਹੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਜਿਹੜੀ ਰਿਹਾਈ ਆ ਉਹਦਾ ਸਵਾਗਤ ਕਰਦੇ ਹਾਂ। ਔਰ ਜਿਹੜੇ ਲੋਕ ਰਹਿੰਦੇ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਈਸਾਈ ਨੇ, ਜਿਹੜੀਆਂ ਆਪਣੀਆਂ ਜੇਲ੍ਹਾਂ ਪੂਰੀਆਂ ਕਰ ਦਿੱਤੀਆਂ, ਇੱਕੋ ਹੀ ਐਗਜ਼ੈਕਟਿਵ ਆਰਡਰ ਨਾਲ ਸਾਰੇ ਦੇਸ਼ ਵਿੱਚ ਛੱਡ ਦੇਣੇ ਚਾਹੀਦੇ ਨੇ। ਔਰ ਜਿਹੜਾ ਕੁਝ ਕਾਂਗਰਸ ਦੇ ਲੀਡਰਸ ਕਹਿੰਦੇ ਨੇ ਕਿ ਰਾਜੋਆਣੇ ਦੀ ਕੈਪੀਟਲ ਪਨਿਸ਼ਮੈਂਟ ਨੂੰ ਕਨਵਰਜ਼ਨ ਨੂੰ ਵਿਰੋਧ ਕਰਦੇ ਨੇ, ਮੈਂ ਸਮਝਦਾ ਗਲਤ ਨੇ। ਠੀਕ ਆ, ਬਿੱਟੂ ਨੂੰ ਆਪਣੇ ਦਾਦੇ ਬੇਅੰਤ ਸਿੰਘ ਦਾ ਦੁੱਖ ਹੈ, ਮੰਨ ਲਿਆ, ਇੱਕ ਪਰਿਵਾਰ ਦਾ ਨਾਲ ਦੁੱਖ ਸੀ। ਪਰ ਮੈਨੂੰ ਤੁਸੀਂ ਦੱਸੋ, ਇਹ ਕਹਿੰਦੇ ਨੇ ਕਿ ਅੱਤਵਾਦੀਆਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੋ ਕੁਝ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਹੋਇਆ ਜਾਂ ਮੁਸਲਮਾਨਾਂ ਦੇ ਜਦੋਂ ਦੰਗੇ ਹੁੰਦੇ, ਉਹ ਅੱਤਵਾਦੀ ਨਹੀਂ ਗੇ? ਉਹ ਤਾਂ ਅੱਤਵਾਦੀ ਨੇ। ਉਹ ਅੱਤਵਾਦੀ ਤਾਂ ਮੁੜ ਕੇ ਮਿਨਿਸਟਰ ਬਣਦੇ ਨੇ ਸਰਕਾਰਾਂ ਦੇ ਵਿੱਚ, ਉਹ ਸਰਕਾਰੀ ਗੱਡੀਆਂ ਵਿੱਚ ਝੂਟਦੇ ਨੇ। ਉਹਨਾਂ ਦੇ ਖਿਲਾਫ ਕਾਂਗਰਸ ਪਰਟੀਕੁਲਰਲੀ ਉਹਨਾਂ ਨੂੰ ਪੋਸਟ 94 ਸਿੱਖ ਜੈਨੋਸਾਈਡ ਟਿਕਟਾਂ ਦਿੱਤੀਆਂ, ਮੈਂਬਰ ਪਾਰਲੀਮੈਂਟ ਬਣਾਏ, ਮਿਨਿਸਟਰਸ ਬਣਾਏ, ਚੀਫ ਮਿਨਿਸਟਰ ਬਣਾਇਆ, ਕਿ ਉਹ ਅੱਤਵਾਦੀ ਨਹੀਂ ਗੇ? ਇਹ ਤਾਂ ਫਿਰ ਵੀ ਆਈ ਵੁੱਡ ਸੇ ਦਿਸ ਵਾਜ਼ ਅ ਪੋਲੀਟੀਕਲ ਕਿਲਿੰਗ, ਕਿਉਂਕਿ ਬਲਵੰਤ ਸਿੰਘ ਰਾਜੋਆਣੇ ਦਾ ਪਰਸਨਲ ਐਨੀਮਿਟੀਜ਼ ਨਹੀਂ ਸੀ ਬੇਅੰਤ ਸਿੰਘ ਨਾਲ, ਉਸ ਨੇ ਉਹਦੇ ਜਜ਼ਬਾਤ ਇਸ ਲਈ ਹੋਏ ਕਿਉਂਕਿ ਉਹ ਪੁਲਿਸ ਸਟੇਟ ਸੀਗੀ। 1992 ਤੋਂ ਲੈ ਕੇ 97 ਤੱਕ ਇੱਕ ਪੁਲਿਸ ਸਟੇਟ ਸੀਗੀ। KPS ਗਿੱਲ ਰਿਬੇਰੋ ਉਹ ਕਹਿੰਦੇ ਸੀਗੇ ਕਿ ਅੱਖ ਦੇ ਬਦਲੇ ਅੱਖ, ਜਾਨ ਦੇ ਬਦਲੇ ਜਾਨ। ਤਾਂ ਜਦੋਂ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ 'ਚ ਲੋਕਾਂ ਨੂੰ ਮਾਰਦੇ ਸੀਗੇ, ਇਟ ਵਾਸ ਬਿਲਡਿੰਗ ਆਫ ਦੀ ਸੈਂਟੀਮੈਂਟਸ, ਲੋਕਾਂ ਦੇ ਜਜ਼ਬਾਤ ਸੀਗੇ ਜਿਹੜੇ ਅੰਦਰੋਂ ਉਹ ਭੜਕ ਰਹੇ ਸੀਗੇ। ਇਸ ਲਈ ਉਹ ਜਿਹੜਾ ਅੰਜਾਮ, ਮੈਂ ਵਾਇਲੈਂਸ ਨੂੰ ਸਪੋਰਟ ਨਹੀਂ ਕਰਦਾ, ਬਟ ਦੈਟ ਵਾਸ ਪਿਓਰਲੀ ਪੋਲੀਟੀਕਲ ਕਿਲਿੰਗ। ਜਦਕਿ ਦਿੱਲੀ ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਉਹ ਮਿਥ ਕੇ ਤੈਅਸ਼ੁਦਾ ਤਰੀਕੇ ਦੇ ਨਾਲ ਪਲੈਨਡ ਕੌਨਸਪਰੇਸੀ ਦੇ ਤਹਿਤ ਹੋਈਆਂ। ਦੋਜ਼ ਆਰ ਐਕਚੁਲੀ ਦੀ ਐਕਚੁਅਲ ਟੈਰਰਿਸਟ ਹੂਮ ਮਿਸਟਰ ਬਿੱਟੂ ਸ਼ੁੱਡ ਟਰਾਈ ਐਂਡ ਗੈਟ ਪਨਿਸ਼ਡ ਬਿਕੋਜ਼ ਦੇ ਹੈਵ ਨੋਟ ਬੀਨ ਪਨਿਸ਼ਡ ਟਿਲ ਟੂਡੇ। ਮੇਰਾ ਖਿਆਲ ਹੈ ਕਿ BJP ਨੂੰ ਪਤਾ ਵਾ ਕਿ ਜਿਹੜਾ ਬਾਦਲ ਅਕਾਲੀ ਦਲ ਆ ਇਹ ਹੁਣ ਲੋਕਪ੍ਰਿਯ ਸ਼੍ਰੋਮਣੀ ਅਕਾਲੀ ਦਲ ਨਹੀਂ, ਇੱਕ ਪਾਰਟੀ ਆ, ਇੱਕ ਗੈਂਗ ਆ, ਰੇਤਾ ਬਜਰੀ ਦੇ ਵਪਾਰੀਆਂ ਦਾ, ਡਰੱਗਸ ਦੇ ਵਪਾਰੀਆਂ ਦਾ, ਜਿਹੜੇ ਪੰਜਾਬ ਦੇ ਵਿੱਚ ਰਾਜਨੀਤੀ ਕਰਨ ਦੀ ਸਮਰੱਥਾ ਰੱਖਦੇ ਕਿਉਂਕਿ ਉਹਨਾਂ ਸਰਮਾਇਆ ਵਾ। ਤਾਂ BJP ਨੂੰ ਕਿਤੇ ਨਾ ਕਿਤੇ ਇਹਨਾਂ ਦੀ ਸਹੀ ਪਹਿਚਾਣ ਹੁੰਦੀ ਨਜ਼ਰ ਆ ਰਹੀ ਆ, ਤਾਂ ਹੀ ਉਹਨਾਂ ਨੇ
ਹਰਿਆਣੇ 'ਚੋਂ ਇਹਨਾਂ ਤੋਂ ਕਿਨਾਰਾ ਕਰ ਲਿਆ ਐਂਡ ਆਈ ਥਿੰਕ ਸੋ ਇਫ ਆਈ ਐਮ ਮੇ ਬੀ ਕਰੈਕਟਲੀ ਜਜਿੰਗ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਗੈਂਗ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਨਹੀਂ ਕਰਨਾ ਪਸੰਦ ਕਰਨਗੇ ਔਰ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਪੰਜਾਬ ਦੇ ਲਈ ਅੱਛੀਆਂ ਗੱਲਾਂ ਕਰੋ ਤੁਸੀਂ ਜਿਹੜੀ ਗੱਲ ਚੰਗੀ ਕਰੋਗੇ ਤੁਸੀਂ ਆਹ ਰਿਹਾਈਆਂ ਕੀਤੀਆਂ ਅਸੀਂ ਸਵਾਗਤ ਕੀਤਾ ਵਾ ਤੁਸੀਂ ਜਿਹੜਾ ਕੰਮ ਗਲਤ ਕਰੋਗੇ ਕਸ਼ਮੀਰ ਦਾ ਕੰਮ ਗਲਤ ਕੀਤਾ ਅਸੀਂ ਗਲਤ ਕਹਾਂਗੇ ਤੁਸੀਂ ਕਾਲੀ ਸੂਚੀ ਦਾ ਜੇ ਬੰਦਿਆਂ ਨੂੰ ਨਾਮ ਕੱਢੋਗੇ ਅਸੀਂ ਉਹਦਾ ਸਵਾਗਤ ਕਰਾਂਗੇ ਪਰ ਦੱਸ ਤਾਂ ਦਿਓ ਕਿ 312 ਬੰਦੇ ਕਿਹੜੇ ਕੱਢੇ ਨੇ ਅਤੇ ਦੋ ਆਦਮੀ ਜਿਹੜੇ ਕਿਹੜੇ ਰੱਖੇ ਨੇ ਚੰਗਾ ਕੰਮ ਕਰੋਗੇ ਅਸੀਂ ਚੰਗੀ ਗੱਲ ਕਹਾਂਗੇ ਔਰ ਕਹਾਂਗੇ ਕਿ ਪੰਜਾਬ ਦੇ ਕਿਸਾਨਾਂ ਲਈ ਪੈਕੇਜ ਚਾਹੀਦਾ ਪੰਜਾਬ ਦੀ ਇੰਡਸਟਰੀ ਰੁਲ ਰਹੀ ਆ ਜੇ ਤੁਸੀਂ ਹਿਲ ਸਟੇਟਸ ਨੂੰ ਸਾਰੀਆਂ ਛੋਟਾਂ ਦੇ ਸਕਦੇ ਪੰਜਾਬ ਦੀ ਇੰਡਸਟਰੀ ਨੂੰ ਛੋਟਾ ਦਿਓ ਬਿਕੋਜ਼ ਵੀ ਆਰ ਆ ਲੈਂਡਲੌਕ ਸਟੇਟ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਸਾਡਾ ਕੋਈ ਬਾਰਡਰ ਬੰਦ ਆ ਪਾਕਿਸਤਾਨ ਦਾ ਔਰ ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਅੱਛੀਆਂ ਚੀਜ਼ਾਂ ਪੰਜਾਬ ਦੇ ਵਾਸਤੇ ਕਰੋਗੇ ਤਾਂ ਅਸੀਂ ਉਹਦਾ ਇਸ ਗੱਲ ਦਾ ਸਵਾਗਤ ਕਰਾਂਗੇ। ਜ਼ਿਕਰਯੋਗ ਹੈ ਕਿ ਖਹਿਰਾ ਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ 14 ਅਕਤੂਬਰ 2019 ਨੂੰ ਹਰ ਸਾਲ ਦੀ ਤਰ੍ਹਾਂ ਬਰਗਾੜੀ ਦੇ ਖੇਡ ਸਟੇਡੀਅਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਗੋਲੀ ਕਾਂਡ ਵਿੱਚ ਮਾਰੇ ਗਏ ਸਿੰਘਾਂ ਨੂੰ ਯਾਦ ਵੀ ਕੀਤਾ ਜਾਵੇਗਾ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਪੰਜਾਬੀ ਲੋਕ ਚੈਨਲ।